ਪੰਜਾਬ ਬੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਅੰਜ ਪੰਜਾਬੀ ਖਬਰਾਂ ਦਾ ਤਾਜ਼ਾ ਬੁਲੇਟਿਨ ਤੇ ਗੱਲਬਾਤ ਕਰਦੇ ਅੰਜ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੇ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਬਾਦ ਦੇ ਅੰਜ ਹੁਣ ਦੇ ਪਹਿਲੇ ਵੱਡੀ ਖਬਰ ਦੇ ਵੱਲ ਪੰਜਾਬ ਦੇ ਕਿਸਾਨਾਂ ਦੇ ਲਈ ਚੇਤਾਵਨੀ ਕੱਲ ਤੋਂ ਵਿਗੜੇਗਾ ਮੌਸਮਾ ਝੋਨੇ ਦੀ ਕਟਾਈ ਤੇ ਲੱਗ ਸਕਦੇ ਆ ਬ੍ਰੇਕ ਪੰਜਾਬ ਦੇ ਕਿਸਾਨਾਂ ਦੇ ਲਈ ਵੱਡੀਆਂ ਚੇਤਾਵਨੀਆਂ ਸੁਬਹ ਦੇ ਵੇਚਾ ਕੱਲ ਤੋਂ ਮੌਸਮਾ ਵਿਗੜ ਸਕਦਾ ਹੈ ਤੇ ਅਦੇ ਨਾਲ ਝੋਨੇ ਦੀ ਕਟਾਈ ਪ੍ਰਭਾਵਿਤ ਹੋ ਸਕਦੀ ਹੈ ਇਸ ਤੋਂ ਇਲਾਵਾ ਮੰਡੀਆਂ ਦੇ ਅੰਦਰ ਵੀ ਕਿਸਾਨਾਂ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ ਮੌਸਮਾ ਵਿਭਾਗ ਦੇ ਅਲਰਟ ਮਗਰੋਂ ਕਿਸਾਨਾਂ ਦੇ ਸਾਹ ਸੂਤੇ ਗਏ ਹਨ ਦਰਸਲ ਮੌਸਮਾ ਵਿਭਾਗ ਨੇ 8 ਅਤੇ 9 ਅਕਤੂਬਰ ਨੂੰ ਪੰਜਾਬ ਅਤੇ ਹਰਿਆਣਾ ਵਿੱਚ ਕੌਝਾ ਥਾਮਾਂ ਤੇ ਹਲਕਾ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ ਮੌਸਮਾ ਬਗਿਆਨੀਆਂ ਦੇ ਅਨੁਸਾਰ ਸਵੇਰੇ ਦੇ ਦੱਖਣ ਪੱਛਮਾ ਖੇਤਰ ਦੇ ਵਿੱਚ ਮੀਂਹ ਪੈ ਸਕਦਾ ਜਦੋਂ ਕਿ ਹੋਰਾਂ ਖੇਤਰਾਂ ਵਿੱਚ ਮੌਸਮਾ ਖੁਸ਼ਕ ਰਹੇਗਾ ਤੇ ਜੇ ਮੀਂਹ ਪਿਆਤਾ ਤਾਪਮਾਨ ਦੇ ਵਿੱਚ 1 ਤੋਂ 2 ਡਿਗਰੀ ਸੈਲਸੀਅਸ ਤੱਕ ਦੀ ਗਰਾਵਟ ਦਰਜ ਕੀਤੀ ਜਾ ਸਕਦੀ ਹੈ ਬੰਦ ਹੋ ਸਕਦਿਆ ਪੈਂਚਨ ਜੇਕਰ ਤੁਸੀਂ ਇਹ ਦਸਤਾਵੇਜ਼ ਜਮਾ ਨਹੀਂ ਕੀਤਾ ਦੇਸ ਭਰ ਦੇ ਲੱਖਾਂ ਪੈਨਸ਼ਨਰਾਂ ਦੇ ਲਈ ਇਹ ਅਹਿਮ ਵੱਡੀ ਖਬਰ ਸਾਹਮਣੇ ਆ ਰਹੀ ਹੈ 80 ਸਾਲ ਜਾਂ ਉਸ ਤੋਂ ਬਾਅਦ ਮਰਦੇ ਪੈਨਸ਼ਨਰਾਂ ਦੇ ਲਈ ਸਰਟੀਫਿਕੇਟ ਜਮ੍ਹਾਂ ਕਰਨਾ ਲਾਜ਼ਮੀ ਹੈ ਜੇਕਰ ਸਮੇਂ ਸਾਰ ਜਮ੍ਹਾਂ ਨਾ ਕਰਵਾਇਆ ਗਿਆ ਤਾਂ ਪੈਨਸ਼ਨਾਂ ਬੰਦ ਹੋ ਸਕਦੇ ਆ ਹਾਂ ਜੀ ਬਣਾ ਸਰਟੀਫਿਕੇਟ ਜਲਦੀ ਜਮ੍ਹਾਂ ਕਰਵਾਓ ਅਤੇ 1 ਨਵੰਬਰ ਦੀ بجائے 1 ਅਕਤੂਬਰ ਤੋਂ ਜਮ੍ਹਾਂ ਕਰੋ ਸਾਰੇ ਪੈਨਸ਼ਨਰਾਂ ਨੂੰ ਆਪਣੀ ਪੈਨਸ਼ਨਾਂ ਜਾਰੀ ਰੱਖਣ ਦੇ ਲਈ ਜੀਵਨ ਸਰਟੀਫਿਕੇਟ ਜਮਾ ਕਰਨਾ ਹੋਵੇਗਾ ਲਾਈਫ ਸਰਟੀਫਿਕੇਟ ਆਈਟੀ ਐਕਟ ਅਧੀਨ ਮਾਨਤਾ ਪ੍ਰਾਪਤ ਇੱਕ ਸਰਟੀਫਿਕੇਟ ਹੈ ਜਿਸ ਨੂੰ ਆਧਾਰ ਕਾਰਡ ਅਤੇ ਬਾਇਓਮੈਟ੍ਰਿਕ ਤਸਦੀਕ ਕਰਵਾਉਣ ਤੋਂ ਬਾਅਦ ਪੈਨਸ਼ਨ ਵਿਭਾਗ ਨੂੰ ਜਮਾ ਕਰਨਾ ਪੈਂਦਾ ਹੈ ਇਹ ਪੈਨਸ਼ਨਰਾਂ ਦੇ ਜਿਉਂਦੇ ਹੋਣ ਦਾ ਸਰਟੀਫਿਕੇਟ ਹੈ ਤੇ ਜਦ ਦੇ ਆਧਾਰ ਤੇ ਅੱਗੇ ਪੈਨਸ਼ਨ ਜਾਰੀ ਰੱਖੀ ਜਾਂਦੀ ਹੈ ਆਮ ਤੌਰ ਤੇ ਜੀਵਨ ਸਰਟੀਫਿਕੇਟ ਬਣਾਉਣ ਦੀ ਆਖਰੀ ਮਿਤੀ 3 ਨਵੰਬਰ ਹੁੰਦਿਆ ਜਦੋਂ ਤੱਕ ਕਿ ਸਰਕਾਰ ਦੇ ਦੁਆਰਾ ਇਸ ਸਮੇਂ ਤੇ ਨੂੰ ਅੱਗੇ ਨਹੀਂ ਵਧਾਇਆ ਜਾਂਦਾ ਜੇਕਰ ਆ ਪੈਨਸ਼ਨਰ 1 ਅਕਤੂਬਰ 2024 ਨੂੰ ਆਪਣਾ ਜੀਵਨਾ ਪ੍ਰਮਾਣ ਪੱਤਰ ਜਮ੍ਹਾਂ ਕਰਵਾ ਦਿੰਦੇ ਹਨ ਤਾਂ ਇਹ ਅਗਲੇ ਸਾਲ 3 ਨਵੰਬਰ 2025 ਤੱਕ ਵੈਧ ਰਹੇਗਾ ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸਰੋਤੇ ਵੀਰ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹਨ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੋ ਘੰਟਾਲ ਬਟਨ ਨੂੰ ਦਬਕੇ ਆਲ ਤੇ ਕਲਿੱਕ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨਾਂ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਕਮੌਨ ਬੇਬੀ ਵਾਲੇ ਜੋਗਿੰਦਰ ਬੱਸੀ ਨੂੰ ਦਿੱਤੀ ਗਈ ਜਾਨ ਨੂੰ ਮਾਰਨ ਦੀ ਧਮਕੀ ਕਿਹਾ ਤੇ ਆ ਲਿਆ ਦੇਵਤੇ ਨੇੜੇ ਆ ਗਿਆ ਤੇਰਾ ਅੰਤ ਜਾਨੂ ਕੀ ਹੈ ਮਾਮਲਾ ਤਾਂ ਉਸ ਤੋਂ ਵੱਡੀ ਖਬਰ ਦਾ ਰੋਕ ਕਰਦੇ ਆ ਪੰਜਾਬ ਦੇ ਮਸ਼ਹੂਰ ਕੈਨੇਡਾ ਸਥਿਤ ਬੱਸੀ ਸ਼ੋ ਟ੍ਰਾਂਟੋ ਦੇ ਸੰਸਥਾਪਕ ਜਗेंद्रਬਾਸ ਨੂੰ ਜਾਨੋਂ ਮਾਰਨ ਦੇ ਧਮਕੇ ਮਿਲੀ ਹੈ 19 ਬੰਨੇ ਦਬਾਈ ਦੇ 1 ਨੰਬਰ ਤੋਂ ਮੈਸੇਜ ਭੇਜ ਕੇ ਇਹ ਧਮਕੇ ਦਿੱਤੇ ਗਏ ਹੈ ਜਗेंद्रਬਾਸ ਦੀ ਟੀਮ ਨੇ ਇਸ ਸਬੰਧੀ ਕੈਨੇਡੀਅਨਾਂ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕੈਨੇਡਾ ਦੇ ਟੋਰਾਂਟੋ ਤੋਂ ਚੱਲਣ ਵਾਲਾ ਬਸੀ ਸ਼ੋ ਪੰਜਾਬ ਅਤੇ ਕੈਨੇਡਾ ਵਿੱਚ ਆਪਣੀ ਕੈਨੇਡੀਅਨ ਸ਼ੈਲੀ ਦੇ ਪੱਤਰਕਾਰ ਦੇਲੇ ਮਸ਼ਹੂਰ ਹੈ ਦੋਸ਼ੀ ਨੇ ਬਾਸੀ ਨੂੰ ਮੈਸੇਜ ਕੀਤਾ ਤੇ ਲਿਖਿਆ ਕਿ ਤੇਰੇ ਅੰਤਾਂ ਨੇੜੇ ਆ ਗਿਆ ਹੈ ਧਿਆਲ ਆਪਣੇ ਦੇਵਤੇ ਅਕਿਰਦ ਵਿੱਚ ਆ ਮਲਜਮਾਨੇ ਬਾਸੀ ਨੂੰ ਭਾਰਤੀ ਜਸੂਸਾ ਕਹਿ ਕੇ ਸੰਬੋਧਨ ਕੀਤਾ ਐਗਜਟਾ ਪੂਲ ਦੇ ਅੰਕੜਿਆਂ ਦੇ ਵਿੱਚ ਆ ਕਾਂਗਰਸ ਲਈ ਆਈ ਚੰਗੀ ਖਬਰ ਹਰਿਆਣਾ ਉਧਾਨ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ 90 ਸੀਟਾਂ ਤੇ ਵੋਟਿੰਗ ਹੋ ਚੁੱਕਿਆ ਤੇ ਜਨਤਾ ਨੇ ਈਬੀਐਮ ਦੇ ਵਿੱਚ ਨਿਰਤਮ ਦੀ ਕਿਸਮਤ ਤੇ ਮੋਹਰ ਲਗਾ ਦਿੱਤੀ ਤੇ ਹੁਣ ਵੱਖ-ਵੱਖ ਐਗਜਟ ਪੂਲ ਦੇ ਅੰਕੜਿਆਂ ਦੇ ਵਿੱਚ ਕਾਂਗਰਸ ਲਈ ਚੰਗੀ ਖਬਰ ਆਈ ਹੈ ਐਕਜਾਟਾ ਪੁਲ ਦੇ ਵਿਚਕਾਰ ਕਾਂਗਰਸ ਨੂੰ ਪੂਰਨ ਬਹੁਮਤ ਮਿਲਦਾ ਹੋਇਆ ਨਜ਼ਰ ਆ ਰਿਹਾ ਤੇ ਇਸ ਦੇ ਨਾਲ ਹੀ 10 ਸਾਲਾਂ ਤੋਂ ਸੱਤਾ ਦੇ ਵਿਚਕਾਰ ਰਹੀ ਭਾਈਪਾ ਵੀ ਸੁਗੜਦੀ ਹੋਈ ਨਜ਼ਰ ਆ ਰਹੀ ਹੈ ਤੇ 8 ਅਕਤੂਬਰ ਨੂੰ ਐਲਾਨੇ ਜਾਣ ਵਾਲੇ ਨਤੀਜਾਂ ਤੋਂ ਪਹਿਲਾਂ ਐਕਜਾਟਾ ਪੋਲ ਨੇ ਭਾਈਪਾ ਦੀ ਖਿੱਚੋ ਤਣਾ ਵਧਾ ਦਿੱਤੀ ਹੈ ਅਸੀਂ ਹਰਿਆਣਾ ਨੂੰ ਗੱਤੇ ਦੇਣ ਦਾ ਕੰਮ ਕੀਤਾ ਨਾਇਬ ਸੈਣੀ ਐਕਜਾਟਾ ਪੁਲ ਦੇ ਵਿਚਕਾਰ ਭਾਵੇਂ ਪਾਈਪਾ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਪਰ ਪਾਈਪਾ ਅਗਵਾ ਤੇ ਹਰਿਆਣਾ ਦੇ ਮੰਤਰੀ ਨਾਇਬਾ ਸੰਘਾ ਸੈਣੀ ਦਾ ਦਾਵਾ ਹੈ ਕਿ ਜਦੋਂ 8 ਅਕਤੂਬਰ ਨੂੰ ਉਧਾਨ ਸਭਾ ਚੋਣਾਂ ਦੇ ਨਤੀਜੇ ਐਲਾਨੇ ਜਾਣਗੇ ਤਾਂ ਸੁਭਰੇ ਵਿੱਚ ਪਾਈਪਾ ਦੀ ਹੀ ਸਰਕਾਰ ਬਣੇਗੀ ਸਾਨੂੰ ਪੂਰਾ ਭਰੋਸਾ ਹੈ ਕਿ ਅਸੀਂ ਹਰਿਆਣਾ ਨੂੰ ਗਤੀ ਦੇਣ ਦਾ ਕੰਮ ਕੀਤਾ ਹੈ ਅਗਲੀ ਵੱਡੀ ਖਬਰ ਜੇ ਕਰਮ ਮੋਦੀ 22 ਐਨਡੀਆ ਸਾਸਤਾ ਸੁਭਨ ਬੈਚ ਮੁਫਤਾ ਬਿਜਲੀ ਦਿੰਦੇ ਹਾਂ ਤਾਂ ਮੈਂ ਭਾਈਪਾਦ ਲਈ ਪ੍ਰਚਾਰ ਕਰਾਂਗਾ ਕੇਜਰੀਬਾਲ ਤਾਂ ਦੋਸਤੋ ਵੱਡੀ ਖਬਰ ਆ ਚੁੱਕੀ ਹੈ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਪ ਕਨਵੀਨਰ ਅਰਵਿੰਦ ਕੇਜਰੀਬਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੱਡੀ ਚੁਣੌਤੀ ਦਿੱਤੀ ਆ ਉਹਨਾਂ ਨੇ ਕਹਿ ਕੇ ਜੇਕਰ ਹਿੰਮਤ ਹੈ ਤਾਂ ਨਵੰਬਰ ਆ ਮਹੀਨੇ ਦੇ ਵਿੱਚ ਮਹਾਰਾਸ਼ਟਰ ਅਤੇ ਝਾਰਖੰਡ ਦੇ ਨਾਲ ਦਿੱਲੀ ਵਿੱਚ ਉਧਾਨ ਸਭਾ ਚੋਣਾ ਕਰਵਾ ਕੇ ਦਿਖਾਓ ਅਸੀਂ ਚੋਣਾਂ ਲੜਨ ਦੇ ਲਈ ਤਿਆਰ ਨਹੀਂ ਤਾਂ ਅਸੀਂ ਇਹ ਮੰਨ ਲਈਏ ਕਿ ਉਹ ਹਾਰ ਗਏ ਤੇ ਡਰੇ ਹੋਏ ਹਨ ਕੇਜਰੀਵਾਲ ਨੇ ਕਹਿ ਕੇ ਜੇਕਰ ਪ੍ਰਧਾਨ ਮੰਤਰੀ ਦਿੱਲੀ ਚੋਣਾਂ ਤੋਂ ਪਹਿਲਾਂ ਐਂਡੀ ਸਾਸਤਾ 22 ਰਾਜਾਂ ਨੇ ਬੈਚਾ ਮੁਆਫਤਾ ਬਈਲੇ ਦਾ ਐਲਾਨ ਕਰ ਦਿਆਂ ਤਾਂ ਮੈਂ ਪਾਈਪਾ ਦੇ ਲਈ ਪ੍ਰਚਾਰ ਕਰਾਂਗਾ ਕੇਜਰੀਵਾਲ ਨੇ ਇਹ ਗੱਲਾਂ ਦਿੱਲੀ ਦੇ 76 ਸਾਲ ਸਟੇਡੀਅਮ ਦੇ ਵਿੱਚ ਜਨਤਾ ਕਿ ਅਦਾਲਤ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਕਈਆਂ ਕੇਜਰੀ ਬਾੜ ਨੇ ਕਿਹਾ ਹੈ ਕਿ ਮੈਂ ਕੱਲ ਟੀਵੀ ਤੇ ਐਗਜਾਟਾ ਪੁਲ ਦੇਖਿਆ ਹਰਿਆਣਾ ਤੇ ਜੰਮੂ ਕਸ਼ਮੀਰ ਵਿਚ ਆ ਪਾਈ ਪਾਦੀਆਂ ਡਬਲ ਇੰਜਨ ਵਾਲੀਆਂ ਸਰਕਾਰਾਂ ਦਾ ਅੰਤ ਆ ਹੋ ਰਿਹਾ ਤੇ ਪਹਿਲਾ ਇੰਜਨ ਜੂਨ ਦੇ ਵਿੱਚ ਫੇਲ ਹੋ ਗਿਆ ਸੀ ਜਦੋਂ ਉਹਨਾਂ ਨੂੰ 240 ਸੀਟਾਂ ਮਿਲੀਆਂ ਸਨ ਝਾਰਖੰਡ ਅਤੇ ਮਹਾਰਾਸ਼ਟਰ ਵਿੱਚ ਵੀ ਅਜਿਹਾ ਹੀ ਹੋਵੇਗਾ ਫਿਰ ਉਹ ਦੂਜਾ ਇੰਜਨ ਵੀ ਫੇਲ ਹੋ ਜਾਵੇਗਾ ਪੰਜਾਬ ਸਰਕਾਰ ਦੇ ਕਰਜ਼ੇ ਦੇ ਪੰਡ ਹੋਈ ਹੋਰ ਭਾਰੀ ਪੰਜਾਬ ਸਰਕਾਰ ਨੇ 11500 ਕਰੋੜ ਰੁਪਏ ਦਾ ਲਿਆ ਹੋਰ ਕਰਜ਼ਾ ਤਾਂ ਦੋਸਤੋ ਪੰਜਾਬ ਦੀ ਮਾਨ ਸਰਕਾਰ ਦੇ ਵੱਲੋਂ ਕਰਜ਼ੇ ਦੇ ਪੰਡ ਨੂੰ ਹੋਰ ਵਧਾਰੀ ਕਰ ਦਿੱਤਾ ਹੈ ਮਿਲੀ ਜਾਣਕਾਰੀ ਦੇ ਮੁਤਾਬਕ ਪੰਜਾਬ ਸਰਕਾਰ ਨੇ ਇੱਕ ਵਾਰ ਫਿਰ ਤੋਂ ਕੇਂਦਰ ਸਰਕਾਰ ਦੇ ਕੋਲੋਂ 11500 ਕਰੋੜ ਰੁਪਏ ਦਾ ਨਵਾਂ ਕਰਜ਼ਾ ਲਿਆ ਹੈ ਜਿਸ ਦੇ ਲਈ ਪੰਜਾਬ ਦੀ ਮਾਨ ਸਰਕਾਰ ਵੀ ਸਾਲਾਂ ਦੇ ਲਈ ਵਿਆਜ ਦੇ ਮੋٹے ਪਰਪਾਈ ਕਰੇਗੀ ਜੀ ਹਾਂ ਪੰਜਾਬ ਸਰਕਾਰ ਨੇ ਵੀ ਸਾਲਨ ਵਿੱਚ 600 ਕਰੋੜ ਰੁਪਏ ਦਾ ਵਿਆਜ ਚੁਕਾਉਣਾ ਪਵੇਗਾ ਤਕਰੀਬਨ ਸਾਤਾ ਫੀਸ ਦਿੱਤੇ ਲੈ ਗਏ ਪੈਸੇ ਨੂੰ 2049 ਤੱਕ ਵਾਪਸ ਕਰਨਾ ਹੋਵੇਗਾ ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਪੰਜਾਬ ਦੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ April 2024 ਤੋਂ ਲੈ ਕੇ ਹੁਣ ਤੱਕ 6 ਮਹੀਨਿਆਂ ਦੇ ਵਿੱਚ 11000 ਕਰੋੜ ਰੁਪਏ ਦਾ ਕਰਜ਼ਾ ਲਿਆ ਹੈ ਮੀਡੀਆ ਰਿਪੋਰਟਰਾਂ ਦੀ ਮਨਿਆਤਾ ਪੰਜਾਬ ਸਰਕਾਰ ਨੇ April ਮਹੀਨੇ ਦੇ ਵਿੱਚ 2700 ਕਰੋੜ ਰੁਪਏ ਮਈ ਵਿੱਚ 1500 ਕਰੋੜ ਰੁਪਏ ਜੂਨ ਅਤੇ ਜੁਲਾਈ ਦੇ ਵਿੱਚ 25-2500 ਕਰੋੜ ਰੁਪਏ ਅਗਸਤ ਆ ਮਹੀਨੇ ਦੇ ਵਿੱਚ 700 ਕਰੋੜ ਰੁਪਏ ਅਤੇ ਹੁਣ ਤੱਕ ਅਕਤੂਬਰ ਦੇ ਵਿੱਚ 1100 ਕਰੋੜ ਰੁਪਏ ਦਾ ਕਰਜ਼ਾ ਲਿਆ ਗਿਆ ਹੈ ਜਿਸ ਦੇ ਮੁਤਾਬਕ ਹੁਣ ਤੱਕ ਪੰਜਾਬ ਸਰਕਾਰ ਕੁੱਲ 11050 ਕਰੋੜ ਰੁਪਏ ਦਾ ਕਰਜ਼ਾ ਲੈ ਚੁੱਕਿਆ ਤੇ ਇਹ ਸਾਰਾ ਕਰਜ਼ਾ ਪੰਜਾਬ ਦੀ ਮਾਨ ਸਰਕਾਰ ਨੇ ਇਸ ਆ ਵਿੱਤੀ ਸਾਲ ਦੇ ਵਿੱਚ ਲਿਆ ਹੈ ਔਰਤਾਂ ਨੂੰ ਹਰ ਮਹੀਨੇ 1000 ਰੁਪਏ ਦੇਵੇਗੀ ਆਪ ਸਰਕਾਰ ਕੇਜਰੀਵਾਲ ਨੇ ਬੰਡਗਾ ਮੁਫਤ ਰੇਵੜੀਆਂ ਆਮ ਆਦਮੀ ਪਾਰਟੀ ਆ ਆਪਣੇ ਅੱਜ ਜਾਨੀ ਕਿ ਐਤਵਾਰ ਨੂੰ ਦਿੱਲੀ ਦੇ 76 ਸਾਲ ਸਟੇਡੀਅਮ ਵਿੱਚ ਜਨਤਾ ਕੇ ਅਦਾਲਤ ਪ੍ਰੋਗਰਾਮ ਦਾ ਆਯੋਜਨ ਕੀਤਾ ਇਸ ਦਰਨ ਆਪ ਮੁਖਯਤ ਦਿੱਲੀ ਦੇ ਸੌਕਾ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣਾ ਸੰਬੋਧਨ ਕੀਤਾ ਉਹਨਾਂ ਨੇ ਆਪਣੇ ਸੰਬੋਧਨ ਦੇ ਵਿੱਚ ਆ ਕਿਹਾ ਹੈ ਕਿ ਇਹ ਲੋਕ ਕਹਿੰਦੇ ਹਨ ਕਿ ਕੇਜਰੀਵਾਲ ਮੁਫਤ ਰੇਵੜੀ ਦਿੰਦਾ ਹੈ ਰੇਵੜੀ ਦੀ ਥੈਲੀ ਦਿਖਾਉਂਦੇ ਕੇਜਰੀਬਾਲ ਨੇ ਅੱਗੇ ਕਿਹਾ ਆਜਾ ਮੇਰੇ ਕੋਲ ਰੇਵੜੀ ਮੁਫਤਾਂ ਇਸ ਵਿੱਚ 7 ਰੇਵੜੀਆਂਾਂ ਤੇ ਜਦੋਂ ਤੁਸੀਂ ਇੱਥੋਂ ਚਲੇ ਜਾਓਗੇ ਤਾਂ ਤੁਹਾਨੂੰ ਰੇਵੜੀ ਦਾ ਇੱਕ ਪੈਕੇਟ ਮਿਲੇਗਾ ਕੇਰੀਬਾਲ ਦੀਆਂ ਇਹ ਮੁਫਤਾਂ ਰੇਵੜੀਆਂਾਂ ਮੁਫਤ ਬਿਜਲੀ ਮੁਫਤ ਪਾਣੀ ਬਜ਼ੁਰਗਾਂ ਦੇ ਲਈ ਮੁਫਤ ਤੀਰਥਾ ਯਾਤਰਾ ਔਰਤਾਂ ਦੇ ਲਈ ਮੁਫਤ ਬਾਸਾ ਯਾਤਰਾ ਮੁਫਤ ਬੇਸ਼ਬਾ ਪਦਰੀ ਸਿੱਖਿਆ ਮੁਫਤ ਦਵਾਈਆਂ ਤੇ ਇਲਾਜ ਹੈ ਕੇਰੀਬਾਲ ਦੇ 1000 ਰੁਪਏ ਦੇ 7ਵੇਂ ਮਾਫਤਾ ਰੇਵੜੀ ਔਰਤਾਂ ਦੇ ਖਾਤਿਆਂ ਵਿੱਚ ਜਾਵੇਗੀ ਪੈਲ ਕਾਰਮੇ ਪੰਜਾਬ ਦੇ ਸਹਿਕਾਰੀ ਬੈਂਕਾਂ ਦੇ ਵੱਲੋਂ ਫਸਲਾਂ ਦੇ ਰਹਿਣ ਦਾ ਖੁੰਦਾ ਪ੍ਰਬੰਧਨ ਦੇ ਲਈ 80% ਤੱਕ ਸਬਸਿਡੀ ਤੇ ਕਰਜ਼ੇ ਦੀ ਪੇਸ਼ਕਾਸ਼ ਮੋੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਅਗਵਾਈ ਵਾਲੀ ਪੰਜਾਬ ਸਰਕਾਰ ਦੁਲ ਉਪਰਾਲੀ ਫੋਕਣ ਦੇ ਖਾਤਰੇ ਦੇ ਨਾਲ ਨਿਯਟਨ ਦੇ ਵਚਨਬੱਧਤਾ ਤਹਿਤ ਪੰਜਾਬ ਭਰ ਦੇ ਸਹਿਕਾਰੀ ਬੈਂਕਾਂ ਨੇ ਫਸਲਾਂ ਦੇ ਰਹਿਣ ਦਾ ਖੁੰਦਾ ਪ੍ਰਬੰਧਨ ਕਰਜ਼ਾ ਜੋਇਨਾ ਸ਼ੁਰੂ ਕੀਤੀ ਹੈ ਇਸ ਬਾਰੇ ਬਿਰਵੇਦੰਦਿਆ ਮੁੱਖ ਮੰਤਰੀ ਨੇ ਅੱਗੇ ਕਹਿ ਕੇ ਐਸ ਸਕੀਮ ਦਾ ਮੌੱਖ ਮੰਤਬਾ ਕਿ ਸਾਨੂੰ ਫਸਲਾਂ ਦੇ ਰਹਿਣ ਦਾ ਖੂਨ ਦੇ ਢੋਕਵੇਂ ਪ੍ਰਬੰਧਨ ਦੇ ਲਈ ਮਸ਼ੀਨਰੀ ਖਰੀਦਣ ਦੇ ਲਈ ਕਾਰਜ ਆਸਾਨੀ ਦੇ ਨਾਲ ਉਪਲਬਧ ਕਰਵਾਉਣਾ ਤਾਂ ਜੋ ਪਰਾਲੀ ਸਾੜਨ ਦੇ ਨਾਲ ਹੋਣ ਵਾਲੇ ਵਾਤਾਵਰਨ ਪ੍ਰਦੂਸ਼ਣ ਨੂੰ ਵੀ ਰੋਕਿਆ ਜਾ ਸਕੇ ਉਹਨਾਂ ਨੇ ਦੱਸਿਆ ਕਿ ਇਹ ਸਕੀਮ ਰਾਜ ਹੈ ਸਹਿਕਾਰੀ ਬੈਂਕਾ ਚੰਡੀਗੜ੍ਹ ਤੇ ਜ਼ਿਲ੍ਹਾ ਸਹਿਕਾਰੀ ਬੈਂਕਾ ਦੰਗਾ 802 ਸ਼ਖਾਵਾਂ ਦੇ ਵਿੱਚ ਸ਼ੁਰੂ ਕੀਤੀ ਗਿਆ ਭਗਵੰਤ ਸਿੰਘ ਮਾਨ ਨੇ ਕਿ ਕਿਰਸਾਨ ਸਰਲ ਅਤੇ ਆਸਾਨ ਵਿਧੀ ਦੇ ਰਾਹੀਂ ਐਸਐਸਕੀਮ ਦਾ ਲਾਭ ਲੈ ਸਕਦੇ ਹਨ ਮੋੱਖ ਮੰਤਰੀ ਨੇ ਅੱਗੇ ਕਹਿ ਕੇ ਪਿੰਡਾਂ ਦੀਆਂ ਪ੍ਰਾਇਮਰੀ ਖੇਤੀਬਾੜੀ ਸਹਿਕਾਰੀ ਸੁਭਾਵਾਂ ਅਤੇ ਹੋਰ ਆਗਾਮ ਵੱਧੂ ਕਿਸਾਨ ਐਸਐਸਕੀਮ ਦਾ ਲਾਭ ਲੈ ਸਕਦੇ ਹਨ ਤੇ ਉਹਨਾਂ ਨੇ ਅੱਗੇ ਕਹਿ ਕੇ ਪ੍ਰਾਇਮਰੀ ਐਗਰੀਕਲਚਰ ਕੋਆਪਰੇਟਿਵ ਸੋਸਾਇਟੀਆਂ ਜਾਂ ਹੋਰ ਆਦਾਰੇ ਕੌਮਨ ਹਾਇਰੰਗਲ ਸੈਂਟਰ ਸਕੀਮ ਦੇ ਅਧੀਨ ਖੇਤੀ ਸੰਦਰ ਦੇ ਖਰੀਦ ਤੇ 80 ਫੀਸਡੀ ਸਬਸਿਡ ਦਾ ਲਾਭ ਲੈ ਸਕਦੇ ਹਨ ਭਗਵੰਤਾ ਸਿੰਘ ਮਾਨ ਨੇ ਕਿਹਾ ਕਿ ਇਸੇ ਤਰ੍ਹਾਂ ਅਗਾ ਵੱਡੂ ਕਿਸਾਨ ਫਸਲਾਂ ਦੇ ਰਹਿਣ ਦਾ ਖੁੰਦੇ ਪ੍ਰਬੰਧਨ ਦੇ ਲਈ ਬੇਲਾ ਰਾਤੇ ਸੁਪਰ ਸਿਡਰਾ ਵਰਗੇ ਖੇਤੀ ਸੰਦਾਂ ਦੇ ਖਰੀਦ ਤੇ 50 ਫੀਸਡੀ ਸਬਸਿਡ ਦੇ ਹੱਕਦਾਰ ਹੋਣਗੇ ਅਗਲੀ ਵੱਡੀ ਖਬਰ ਐਸਆ ਰੰਗ ਦੇ ਰਾਸ਼ਨ ਕਾਰਡ ਧਾਰਕਾਂ ਨੂੰ ਮਹੀਨੇ ਦੇ ਬਜਾਏ ਦੋ ਬਾਰ ਮਿਲੇਗਾ ਰਾਸ਼ਨ ਸਰਕਾਰ ਨੇ ਸਕੀਮ ਦੇ ਵਿੱਚ ਆ ਕੀਤਾ ਵੱਡਾ ਬਦਲਾ ਭਾਰਤ ਸਰਕਾਰ ਦੇਖਦੇ ਨਾਗਰਿਕਾਂ ਦੇ ਲਈ ਕਈ ਜੋਇਨਾਮਾ ਚਲਾਉਂਦੇ ਆ ਤੇ ਇਹਨਾਂ ਦੇ ਵਿੱਚ ਜ਼ਿਆਦਾਤਰ ਸਕੀਮਾਂ ਗਰੀਬਾਂ ਲੋੜਵੰਦਾਂ ਲੋਕਾਂ ਦੇ ਲਈ ਹਨ ਤੇ ਅੱਜ ਵੀ ਭਾਰਤ ਵਿੱਚ ਬਹੁਤ ਸਾਰੇ ਲੋਕ ਅਜੇ ਹੀ ਹਨ ਜੋ ਕਿ ਦੋ ਬਾਗਤ ਦੇ ਭੋਜਨ ਦਾ ਇੰਤਜ਼ਾਮ ਕਰਨ ਤੋਂ ਅਸਮਰੱਥ ਹਨ ਭਾਰਤ ਸਰਕਾਰ ਅਜੇ ਹੀ ਲੋਕਾਂ ਨੂੰ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ ਦੇ ਤਹਿਤ ਘੱਟ ਕੀਮਤ ਰਾਸ਼ਨ ਪ੍ਰਦਾਨ ਕਰਦੇ ਹੱਦ ਦੇ ਨਾਲ ਹੀ ਭਾਰਤ ਦੇ ਵੱਖ-ਵੱਖ ਰਾਜਾਂ ਦੀਆਂ ਸਰਕਾਰਾਂ ਵੀ ਆਪਣੇ ਰਾਜਾਂ ਦੇ ਨਾਗਰਿਕਾਂ ਦੇ ਲਈ ਬਹੁਤ ਘੱਟ ਕੀਮਤਾਂ ਤੇ ਰਾਸ਼ਨ ਸਕੀਮਾਂ ਚਲਾਉਂਦਿਆਂ ਤੇ ਝਾਰਖੰਡ ਸਰਕਾਰ ਵੀ ਆਪਣੇ ਰਾਜ ਦੇ ਨਾਗਰਿਕਾਂ ਨੂੰ ਘੱਟ ਕੀਮਤ ਤੇ ਰਾਸ਼ਨ ਦੀ ਸਹੂਲਤ ਪ੍ਰਦਾਨ ਕਰਦੀ ਹੈ ਰਾਸ਼ਨ ਕਾਰਡ ਧਾਰਕਾਂ ਨੂੰ ਉਹਨਾਂ ਦੇ ਰਾਸ਼ਨ ਕਾਰਡ ਤੇ ਮਹੀਨੇ ਦੇ ਵਿੱਚ ਇੱਕ ਵਾਰ ਰਾਸ਼ਨ ਮਿਲਦਾ ਤੇ ਹੁਣ ਝਾਰਖੰਡ ਸਰਕਾਰ ਨੇ ਇਸ ਸੋਜਿਨਾ ਦੇ ਵਿੱਚ ਕੁਝ ਵੱਡੇ ਬਦਲਾਅ ਕੀਤੇ ਹਨ ਹੁਣ ਝਾਰਖੰਡ ਦੇ ਵਿੱਚ ਇਸ ਰੰਗ ਦੇ ਰਾਸ਼ਨ ਕਾਰਡ ਧਾਰਕਾਂ ਨੂੰ ਮਹੀਨੇ ਦੇ ਵਿੱਚ ਦੋ ਵਾਰ ਰਾਸ਼ਨ ਦਿੱਤੇ ਜਾਣਗੇ ਗਰੀਨ ਰਾਸ਼ਨ ਕਾਰਡ ਧਾਰਕਾਂ ਚਾਰਖੰਡ ਦੇ ਹਿਮਾਤਾ ਸਰੇਣਾ ਸਰਕਾਰ ਨੇ ਰਾਜ ਦੀ ਰਾਸ਼ਨ ਕਾਰਡ ਯੋਜਨਾ ਦੇ ਨਿਯਮਾਂ ਦੇ ਵਿੱਚ ਵੱਡਾ ਬਦਲਾਅ ਕੀਤਾ ਹੈ ਹੁਣ ਚਾਰਖੰਡ ਵਿੱਚ ਗਰੀਨ ਰਾਸ਼ਨ ਕਾਰਡ ਧਾਰਕਾਂ ਨੂੰ ਮਹੀਨੇ ਦੇ ਵਿੱਚ ਇੱਕ ਵਾਰ ਨਹੀਂ ਸਗੋਂ ਦੋ ਵਾਰ ਰਾਸ਼ਨ ਮਿਲੇਗਾ ਦੀਵਾਲੀ ਤੋਂ ਪਹਿਲਾਂ ਸਰਕਾਰ ਨੇ ਰਾਸ਼ਨ ਕਾਰਡ ਧਾਰਕਾਂ ਨੂੰ ਦਿੱਤਾ ਵੱਡਾ ਤੋਹਫਾ ਇਸ ਤਹਿਤ ਇਹਨਾਂ ਰਾਸ਼ਨ ਕਾਰਡ ਧਾਰਕਾਂ ਨੂੰ ਅਕਤੂਬਰ ਮਹੀਨੇ ਦੀ ਪਹਿਲੀ ਤੋਂ 15 ਤਰੀਕ ਤੱਕ ਦਸੰਬਰ 2023 ਦਾ ਰਾਸ਼ਨ ਮਿਲੇਗਾ ਅਤੇ 16 ਤੋਂ 31 ਤਰੀਕ ਤੱਕ ਅਕਤੂਬਰ 2024 ਦਾ ਰਾਸ਼ਨ ਮਿਲੇਗਾ ਅਤੇ ਤੁਹਾਨੂੰ ਦੱਸਦੇ ਆ ਕਿ 5 ਲੱਖਾਂ ਲੋਕਾਂ ਦੇ ਹੋਰ ਨਵੇਂ ਰਾਸ਼ਨ ਕਾਰਡ ਵੀ ਬਣਾਏ ਜਾਣਗੇ ਸਰਕਾਰ ਦੇ ਵੱਲੋਂ ਇਹ ਵੀ ਵੱਡਾ ਐਲਾਨ ਕਰ ਦਿੱਤਾ ਗਿਆ ਹੈ